ਪਾਉਣਾ ਚਾਹੀਦਾ ਹੈਗਾ। ਆਹਦੇ ਕੱਟ ਨਾ ਕੱਟ ਬਰਾਬਰ ਹੋ ਗਏ ਦੋਨੇ, ਇਸ ਤਰ੍ਹਾਂ ਬਰਾਬਰ ਹੋਣਾ ਜ਼ਰੂਰੀ ਹੈ, ਅੱਗੇ ਪਿੱਛੇ ਹੋਣਾ ਚਾਹੀਦਾ ਕੱਟ ਦਾ। ਜਿਹੜੇ ਲਾਈਵ ਜੁੜੇ ਹੋਏ ਜੀ ਕਮੈਂਟ ਕਰਿਓ ਜ਼ਰੂਰ, ਤਾਂ ਕਿ ਪਤਾ ਲੱਗੇ ਤੁਹਾਡੇ ਕਮੈਂਟ ਸਾਨੂੰ ਵਿਜ਼ੀਬਲ ਹੋ ਰਹੇ ਨਹੀਂ ਹੋ ਰਹੇ। ਅਤੇ ਨਾਲੇ ਨਾਲ ਦੀ ਨਾਲ ਸਿੱਖਦੇ ਰਹੋ। ਕਫ ਲਾਉਣਾ ਦੱਸਿਆ ਜਾ ਰਿਹਾ ਜੀ, ਕਿਵੇਂ ਬਾਂਹ 'ਤੇ ਕਫ ਲਾਈਦਾ। ਤੁਹਾਡੇ ਵੀ ਕੋਈ ਕੁਐਸਚਨ ਹੋਣ, ਕੁਛ ਪੁੱਛਣਾ ਹੋਵੇ ਕਟਿੰਗ ਸਟਿਚਿੰਗ ਬਾਰੇ ਤੁਸੀਂ ਪੁੱਛ ਸਕਦੇ ਹੋ ਜੀ। ਹਾਂਜੀ, ਕਿਉਂਕਿ ਦੂਸਰੇ ਪਾਸੇ ਮੈਂ ਬਾਜੂ ਲਗਾ ਰਿਹਾ, ਦੇਖੋ ਇਸੇ ਤਰੀਕੇ ਨਾਲ ਜਿਹੜੇ ਪਹਿਲਾ ਪਲੇਟ ਪਾਇਆ ਸੀਗਾ, ਇੱਕ ਤਾਂ ਪਲੇਟ ਇੱਧਰਲੇ ਪਾਸੇ ਨੂੰ ਰੱਖਣਾ, ਇੱਕ ਤਾਂ ਪਲੇਟ ਦੂਜੇ ਪਾਸੇ ਨੂੰ ਮੂੰਹ ਰੱਖਣਾ ਹੈਗਾ, ਦੋਨੇ ਪਲੇਟ ਇੱਕ ਪਾਸੇ ਨਹੀਂ ਹੋਣੇ ਚਾਹੀਦੇ ਹੈਗੇ। ਇਸੇ ਤਰੀਕੇ ਨਾਲ ਚਾਰ ਆਪਾਂ ਇੱਕੋ ਹੀ ਰੱਖਣਾ ਹੈਗਾ। ਹੁਣ ਦਿਖਾਉਂਦੇ ਕਿਸ ਤਰੀਕੇ ਨਾਲ ਪਲੇਟ ਪਾਏ ਇਹਦੇ, ਕਹਿੰਦੇ ਬਾਹਰਲੀ ਸਾਈਡ ਹੈਗੀ ਆ, ਹਾਂ ਜਿਹੜਾ ਪਲੇਟ ਪਾਇਆ ਜਿੰਨਾ ਕੱਪੜਾ ਫਾਲਤੂ ਸੀਗਾ, ਆਪਾਂ ਇੱਕ ਤਾਂ ਕੱਪੜਾ ਤਾਂ ਇੱਧਰ ਨੂੰ ਮੋੜਿਆ ਹੈਗਾ, ਇੱਕ ਤਾਂ ਫੱਟੀ ਵਾਲੇ ਪਾਸੇ ਆਪਾਂ ਇੱਧਰ ਹੀ ਸਾਈਡ ਮੋੜਨਾ ਹੈਗਾ। ਹੁਣ ਇਸ ਨੂੰ ਆਪਾਂ ਟਾਂਕਾ ਲਾਵਾਂਗੇ, ਜਦੋਂ ਆਹ ਜਿਹੜਾ ਕੱਪੜਾ ਦਬਾਅ ਦਿੱਤਾ ਸੀ ਆਪਾਂ ਪੈਰ ਪੈਰ ਦਾ, ਇਸ ਨੂੰ ਇਹਦੇ ਅੰਦਰ ਦੇਣਾ ਕੱਪੜੇ ਨੂੰ ਇਸ ਤਰ੍ਹਾਂ। ਟਾਂਕਾ ਜੇ ਚਾਲੂ ਕਰਨਾ ਆਪਾਂ ਇੱਥੋਂ ਚਾਲੂ ਕਰ ਲੈਣਾ ਟਾਂਕੇ ਨੂੰ ਇੱਕੋ ਜਿਹਾ, ਅਤੇ ਕਿਨਾਰੀ ਦਾ ਟਾਂਕਾ ਮਾਰਾਂਗੇ ਇਹਦੇ ਉੱਤੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਲਾਈਵ ਜੁੜ ਕੇ ਤੁਸੀਂ ਆਪਣੇ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ, ਕੋਈ ਇਨਕੁਆਇਰੀ ਹੋਵੇ ਤੁਹਾਡੀ ਸਟਿਚਿੰਗ ਅਤੇ ਕਟਿੰਗ ਤੋਂ ਰਿਲੇਟਡ। ਐਸੇ ਤੀਕ ਆਪਾਂ ਕਿਸੇ ਕਿਨਾਰੇ ਦਾ ਟਾਂਕਾ ਮਾਰਾਂਗੇ, ਪੈਰ ਪੈਰ ਦਾ ਟਾਂਕਾ ਮਾਰਾਂਗੇ ਇੱਥੇ ਤਾਂ, ਇੱਥੇ ਸਿਰਫ ਕਿਨਾਰੀ ਦਾ ਟਾਂਕਾ ਮਾਰਨਾ ਹੁੰਦਾ ਹੈਗਾ, ਇੱਥੇ ਪੈਰ ਪੈਰ ਦਾ ਸਿਲਾਈ ਮਾਰਨੀ ਹੁੰਦੀ ਹੈ। ਇੱਕੋ ਜਿਹਾ ਰੱਖਣਾ, ਵੱਧ ਕੱਟ ਨਹੀਂ ਕਰਨਾ ਟਾਂਕਾ। ਜਿਹੜਾ ਕੱਪੜਾ ਇਸ ਤਰ੍ਹਾਂ ਹੁੰਦਾ ਥੱਲੜੇ ਪਾਸੇ ਖਿੱਚਣੇ ਵਾਲਾ ਹੈ, ਬਰਾਬਰ ਕਰ ਲੈਣਾ ਇਹਨੂੰ, ਫੇਸਟ ਹੀ ਨਹੀਂ ਮੁੰਡ ਚਾਹੀਦੀ ਵਿੱਚ। ਲਾ ਕੇ ਇੱਕੋ ਜਿਹਾ, ਹੁਣ ਇੱਧਰ ਵੀ ਕੱਪੜਾ ਜਿਹੜਾ ਆਪਾਂ ਬਾਹਰਲੇ ਪਾਸੇ ਆ ਦੇਖੋ ਆ ਹੈਗਾ, ਇਹਨੂੰ ਅੰਦਰ ਛੇੜੇ ਮੋੜ ਦੇਣਾ ਕੱਪੜੇ ਨੂੰ। ਆ ਜੇ ਆਪਾਂ ਇੱਥੇ ਟਾਂਕਾ ਮਾਰਾਂਗੇ, ਕਿਨਾਰੀ ਦਾ ਟਾਂਕਾ ਲੱਗੂਗਾ ਇਹਦੇ ਉੱਤੇ, ਇਹ ਨਹੀਂ ਪੈਰ ਦਾ ਟਾਂਕਾ ਲੱਗਦਾ ਹੈਗਾ। ਆਹ ਜਿਹੜਾ ਬਾਂਹ ਵਾਲਾ ਕੱਪੜਾ ਇਹ ਆਪਦੀ ਕਹਿੰਦੀ ਥੋੜ੍ਹਾ ਜਿਹਾ ਸਾਰਨਾ, ਖਿੱਚਣਾ ਇਹਨੂੰ, ਬਾਹਲਾ ਨਹੀਂ ਖਿੱਚਣਾ ਕੱਪੜੇ ਨੂੰ। ਕੋਸ਼ਿਸ਼ ਰਹੂਗੀ ਜੀ ਡੇਲੀ ਲਾਈਵ ਆ ਸਕੀਏ ਅਤੇ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਸਕੀਏ। ਜਿਹੜੇ ਲਾਈਵ ਜੁੜੇ ਆ ਸੈਸ਼ਨ ਨੂੰ ਸ਼ੇਅਰ ਕਰੋ ਜੀ। ਮਤਲਬ ਇੱਕ ਬਾਂਹ ਦੀ ਤਿਆਰ ਕਰਤੀ ਹੈਗੀ ਹੈ, ਮਤਲਬ ਕਿਸ ਤਰੀਕੇ ਨਾਲ ਬਾਂਹ ਬਣਾਈ ਹੈ ਇਹ, ਅਜੇ ਪਲੇਟ ਪਾਇਆ ਦੇਖੋ ਇੱਕ ਪਾਸਾ ਇੱਧਰ ਪਾਸਾ ਇੱਧਰ ਪਾਸਾ, ਹੁਣ ਬਾਂਹ ਸਿੱਧੀ ਕਰ ਲਈ, ਪਹਿਲਾਂ ਪੁੱਠੀ ਸੀਗੀ ਬਾਂਹ ਇਹ, ਆਹਦਾ ਅੰਦਰਲਾ ਪਾਸਾ, ਆਹਦਾ ਬਾਹਰਲਾ ਪਾਸਾ ਹੈਗਾ। ਆਹ ਦੇਖੋ ਜਦੋਂ ਪੱਟੀ ਵੀ ਬਿਲਕੁਲ ਬਰਾਬਰ ਹੋਣੀ ਚਾਹੀਦੀ, ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਆ। ਆਹ ਹੁਣ ਕਈ ਵਾਰ ਇਕੱਲਾ ਇਕੱਲਾ ਇਸ ਤਰ੍ਹਾਂ ਵੱਧ ਘੱਟ ਹੋ ਜਾਂਦਾ, ਇੰਨਾ ਵੱਧ ਤਰ ਨਹੀਂ ਹੋਣਾ ਚਾਹੀਦਾ, ਇੱਕੋ ਜਿਹਾ ਹੋਣਾ ਚਾਹੀਦਾ। ਇੱਥੇ ਜਿਹੜਾ ਦੇਖੋ ਬਰਾਬਰ ਹੈਗਾ, ਜਿਹੜਾ ਉੱਥੋਂ ਪੱਟੀ ਵੀ ਜਮਾਂ ਸਿੱਧੀ ਹੈ, ਕੋਈ ਬਲ ਨਹੀਂ ਪੈ ਰਿਹਾ ਜੀ। ਐਸੀ ਤਾਂ ਤਿਆਰ ਰੱਖਣਾ ਹਮੇਸ਼ਾ ਬਰਾਬਰ ਹੋਵੇ। ਐਸੇ ਤਰੀਕੇ ਨਾਲ ਆਪਾਂ ਦੂਜਾ ਜਿਹੜਾ ਕੱਫ ਲਾਉਣਾ ਹੈਗਾ ਉਹਦੇ ਬਾਰੇ ਦੱਸਾਂਗੇ।
ਉਹਦੇ ਵੀ ਕੱਟ ਲਾਏ ਸੀਗੇ ਅਤੇ ਇਹਦੇ ਵੀ ਕੱਟ ਲਾਏ ਹੋਇਆ ਦੇਖੋ, ਇਸ ਤਰ੍ਹਾਂ ਇਹਦੇ ਬਾਅਦ ਵੀ ਕੱਟ ਵੀ ਲਾਇਆ ਹੁਣ ਕੱਪ ਪੁੱਠੇ ਪਾਸੇ ਹੈਗਾ, ਇਹਨੂੰ ਸਿੱਧਾ ਕਰ ਲੈਣਾ ਕੱਪ ਨੂੰ ਪਹਿਲਾਂ ਇਸ ਤਰ੍ਹਾਂ ਸਿੱਧਾ ਕਰਕੇ ਫਿਰ ਇਹਨੂੰ ਨੱਕ ਨੂੰ ਮਾਰ ਕੇ ਇੱਕੋ ਜਿਹਾ ਕਰ ਲੈਣਾ ਮੈਂ। ਆ ਕੇ ਕੱਪੜਾ ਇੱਧਰ ਉੱਧਰ ਨਾ ਹੋਵੇ, ਹੁਣ ਇੱਧਰ ਸਾਡੀ ਪੈਸਟਿੰਗ ਚੱਪੀ ਇਹਦੇ ਪਾ ਬਿਲਕੁਲ ਸਿੱਧਾ ਪਿਆ ਕੱਪੜਾ, ਆਹ ਥੱਲਾ ਪਾਸਾ ਹੈ ਇਹਦਾ ਸਿੱਧਾ ਪਾਸਾ ਆ ਹੈ ਅਤੇ ਆਹ ਪੁੱਠਾ ਪਾਸਾ ਇਹਦਾ, ਪੁੱਠੇ ਪਾਸੇ ਵਾਲਾ ਪਾਸਾ ਥੱਲੇ ਤਰਾਂਗੇ ਆਪਾਂ ਇਹਦੇ ਇਸ ਤਰੀਕੇ ਨਾਲ। ਦੇਖੋ ਬਾਅਦ ਆ ਗਈ ਜਿਹੜੀ ਪੱਲਾ ਇਹਦਾ ਮੋੜ ਲੈਣਾ ਆਪਾਂ ਇੱਕ ਪਾਸੇ, ਪੱਟੀ ਵਾਲਾ ਪਾਸਾ ਨਹੀਂ ਮੋੜਨਾ, ਸਿਰਫ ਜਿਹੜਾ ਬਰੀਕ ਘੇਰਾ ਮੋੜਿਆ ਉਹ ਮੋੜਨਾ ਇਕੱਲਾ। ਜਿਹੜੇ ਵੀ ਲਾਏ ਜੁੜੇ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਆਵਾਜ਼ ਆ ਰਹੀ ਹੈ, ਵੀਡੀਓ ਦੀ ਆਵਾਜ਼ ਕਲੀਅਰ ਹੈ ਜੀ, ਥੋੜ੍ਹਾ ਕਮੈਂਟ ਕਰਕੇ ਦੱਸਿਓ। ਜਿਵੇਂ ਆਪਾਂ